ਜਿਵੇਂ ਕਿ ਨਾ ਰੋਜ਼ ਪੈਟਰੋਲ ਡੀਜ਼ਲ ਦਾ ਰੇਟ ਵੱਧਦੀ ਜਾ ਰਿਹਾ ਅਤੇ ਅੱਜ 104 ਵੱਧ ਚੁੱਕਿਆ, ਅਤੇ ਇਸ ਬਾਰੇ ਕੀ ਕਹੂੰਗੇ? ਜਿਵੇਂ ਕਿ ਨਾ ਰੋਜ਼ ਪੈਟਰੋਲ ਡੀਜ਼ਲ ਦਾ ਰੇਟ ਵੱਧਦੀ ਜਾ ਰਿਹਾ ਅਤੇ ਅੱਜ 104 ਵੱਧ ਚੁੱਕਿਆ, ਅਤੇ ਇਸ ਬਾਰੇ ਕੀ ਕਹੂੰਗੇ? ਅਤੇ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੀ ਸਰਕਾਰ ਇਹ ਵਧਾਈ ਜਾ ਰਹੀ ਹੈ, ਉਹ ਵੀ ਨਹੀਂ ਕਿ 2 ਦਿਨ ਬਾਅਦ, ਹਰ ਰੋਜ਼ ਵੱਧ ਰਿਹਾ ਰੇਟ? ਦੇਖੋ ਜੀ, ਉਹਨਾਂ ਦਾ ਫੰਡਾ ਕਿ ਉਹਨਾਂ ਦੇ ਪਤਾ ਨਹੀਂ ਖਰਚੇ ਨਹੀਂ ਪੂਰੇ ਹੁੰਦੇ, ਉਹਨਾਂ ਨੇ ਸਾਡੇ ਤੋਂ ਜੇਬਾਂ 'ਚ ਕੱਢਣੇ, ਸਾਡੀ ਕਿਹੜਾ ਜੇਬਾਂ 'ਚ ਕੋਈ ਪੈਸੇ ਹੈਗੇ ਆ? ਅਸੀਂ ਮੀਡੀਅਮ ਕਲਾਸ ਬੰਦਾ ਵਿਚਾਰਾ, ਇੱਕ ਰੋਟੀ ਬੱਚੇ ਨੂੰ ਪਾਲਣਾ, ਉਹਦੀਆਂ ਫੀਸਾਂ ਦੇਖੋ, ਉੱਪਰ ਕੁਛ ਨਹੀਂ ਕਰ ਸਕਦੇ। ਠੀਕ ਹੈ, ਸਰਕਾਰ ਕੋਈ ਵੀ ਆ ਜਾਏ, ਚਾਹੇ ਕਾਂਗਰਸ ਆ ਜਾਏ, ਚਾਹੇ ਬੀਜੇਪੀ ਆ ਜਾਏ, ਇਹ ਰਹਿਣੇ ਸਾਰੇ ਇੱਦਾਂ ਹੀ ਹਾਲ ਹੈ। ਠੀਕ ਹੈ ਨਾ, ਨਾ ਤਾਂ ਹੁਣ ਭਗਤ ਸਿੰਘ ਜਨਮ, ਨਾ ਠੀਕ ਹੈ ਨਾ, ਮਹਾਤਮਾ ਗਾਂਧੀ ਸਾਰੇ ਜਨਮ ਲਊਗੇ, ਪਰ ਭਗਤ ਸਿੰਘ ਨਹੀਂ ਜਨਮਣਾ ਹੁਣ। ਤੁਹਾਨੂੰ ਕਿਉਂ ਲੱਗਦਾ ਕਿ ਜਿਹੜੀ ਸਰਕਾਰ ਵਧਾਈ ਜਾ ਰਹੀ, ਕਿਉਂਕਿ ਹਰ ਰੋਜ਼ ਵੱਧ ਰਿਹਾ, ਅੱਜ ਪਹੁੰਚੇ 104-45? ਆਪਾਂ ਵਿਰੋਧ ਨਹੀਂ ਕਰਦੇ ਨਾ, ਆਪਾਂ ਵਿਰੋਧ ਕਿੱਥੇ ਕਰਦੇ? ਆਪਣੇ ਮਾਂ ਬਾਪ ਦਾ ਵਿਰੋਧ ਕਰਦੇ ਹਾਂ, ਕੇਵਲ ਆਪਣੇ ਭੈਣ ਭਰਾ ਦਾ ਵਿਰੋਧ ਕਰ ਲੈਂਦੇ ਹਾਂ ਕਿ ਨਹੀਂ ਤੂੰ ਇੱਦਾਂ ਕਿਉਂ ਮੈਨੂੰ ਕਹਿਤਾ। ਸਰਕਾਰ ਦਾ ਵਿਰੋਧ ਨਹੀਂ ਕਰਦੇ, ਕਿਉਂਕਿ ਉੱਥੇ ਡੰਡੇ ਪੈਣੇ ਆਪਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲੁਧਿਆਣਾ ਟਾਈਮਸ ਅਤੇ ਮੈਂ ਹਾਂ ਹਰਸ਼ ਕੌਰ। ਜਿਹੜਾ ਪੈਟਰੋਲ ਡੀਜ਼ਲ ਦਾ ਰੇਟ ਆ ਉਹ ਲਗਾਤਾਰ ਵੱਧਦਾ ਜਾ ਰਿਹਾ, ਹਰ ਰੋਜ਼ ਵੱਧਦਾ ਜਾ ਰਿਹਾ, ਅਤੇ ਅੱਜ ਲੁਧਿਆਣੇ 'ਚ ਪੈਟਰੋਲ ਦਾ ਰੇਟ 104.69 ਪੈਸੇ ਹੋ ਚੁੱਕਿਆ ਅਤੇ ਡੀਜ਼ਲ 94.16 ਪੈਸੇ ਹੋ ਚੁੱਕਿਆ, ਅਤੇ ਇਸ ਬਾਰੇ ਆਪਾਂ ਲੋਕਾਂ ਨਾਲ ਗੱਲ ਕਰਦੇ ਕਿ ਉਹਨਾਂ ਦਾ ਕੀ ਕਹਿਣਾ। ਜਿਵੇਂ ਕਿ ਪੈਟਰੋਲ ਡੀਜ਼ਲ ਦਾ ਵੱਧਦਾ ਜਾ ਰਿਹਾ, ਮਹਿੰਗਾਈ ਵੱਧਦੀ ਜਾ ਰਹੀ ਆ, ਅਤੇ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਡੀਜ਼ਲ ਦਾ ਰੇਟ ਤਾਂ ਵੱਧ ਚੁੱਕਿਆ, ਇਸ ਦੇ ਨਾਲ ਹੀ ਜਿਹੜਾ ਘਰੇਲੂ ਗੈਸ ਸਿਲੰਡਰ ਆ ਉਹ ਵੀ 15 ਰੁਪਏ ਵੱਧ ਚੁੱਕਿਆ। ਤੁਸੀਂ ਦੇਖ ਸਕਦੇ ਹੋ ਕਿਵੇਂ ਮਹਿੰਗਾਈ ਵੱਧਦੀ ਜਾ ਰਹੀ ਹੈ, ਅਤੇ ਆਪਾਂ ਇਸ ਬਾਰੇ ਲੋਕਾਂ ਨਾਲ ਗੱਲ ਕਰਦੇ ਹਾਂ ਕਿ ਇੱਥੇ ਪੈਟਰੋਲ ਪੰਪ 'ਤੇ ਆਏ ਪੈਟਰੋਲ ਪਵਾਉਣ ਵਾਲੇ ਆਪਾਂ ਲੋਕਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ, ਜਿਸ ਹਿਸਾਬ ਨਾਲ ਜਿਹੜੇ ਰੇਟ ਉਹ ਵੱਧ ਚੁੱਕੇ ਆ। ਸਤਿ ਸ਼੍ਰੀ ਅਕਾਲ ਸਰ। ਜਿਵੇਂ ਕਿ ਨਾ ਰੋਜ਼ ਪੈਟਰੋਲ ਡੀਜ਼ਲ ਦਾ ਰੇਟ ਵੱਧਦੀ ਜਾ ਰਿਹਾ ਅਤੇ ਅੱਜ 104 ਵੱਧ ਚੁੱਕਿਆ, ਅਤੇ ਇਸ ਬਾਰੇ ਕੀ ਕਹੂੰਗੇ? ਮਾੜਾ ਹੀ ਆ, ਬਹੁਤ ਜ਼ਿਆਦਾ ਮਾੜਾ ਕਿ ਇੰਨਾ ਰੇਟ ਸਾਡੇ ਕੋਲ ਤਾਂ ਅਫੋਰਡ ਨਹੀਂ ਹੋ ਰਿਹਾ, ਬਹੁਤ ਹੁਣ ਤਾਂ ਸਾਈਕਲ ਸੁਕਲ ਹੀ ਲੈਣੇ ਪੈਣਗੇ ਜੇ ਲੈਣਗੇ ਤਾਂ, ਹੈ ਨਾ? ਅਤੇ ਬਾਕੀ ਜਿਹੜੇ ਵਧਾਉਂਦੇ ਆ ਉਹਨਾਂ ਨੂੰ ਕੁਛ ਥੋੜ੍ਹੀ ਜਗ੍ਹਾ ਲਾਉਣੀ ਚਾਹੀਦੀ ਆ ਕਿ ਤੇਲ ਦੇ ਰੇਟ ਤਾਂ ਬਹੁਤ ਜ਼ਿਆਦਾ ਔਰ ਡੀਜ਼ਲ ਦੇ ਵੀ ਜ਼ਿਆਦਾ ਆ, ਔਰ ਇਹ ਸਭ ਨਾਲ ਜ਼ਿਆਦਾ ਤਾਂ ਇਹ ਗੱਲ ਇਹ ਆ ਕਿ ਯੂਜ਼ ਇਹੀ ਚੀਜ਼ਾਂ ਹੁੰਦੀਆਂ, ਜਾਂ ਖਾਣ ਵਾਲੀ ਚੀਜ਼ ਹੈ ਤਾਂ ਜ਼ਿਆਦਾ ਜਾਣ ਵਾਲੀ ਚੀਜ਼ ਹੈ ਨਾ? ਅਤੇ ਜਿਹੜੇ ਵਧਾਉਂਦੇ ਉਹਨਾਂ ਕੋਲ ਤਾਂ ਪੈਸੇ ਹੈਗੇ, ਜਿਹੜਾ ਮੀਡੀਅਮ ਕਲਾਸ ਬੰਦਾ ਉਹਨਾਂ ਕੋਲ ਪੈਸੇ ਨਹੀਂ ਹੈਗੇ, ਅਤੇ ਇਸ ਕਰਕੇ ਇਹਨਾਂ ਦੇ ਰੇਟ ਤਾਂ ਜ਼ਰੂਰ ਘਟਾਉਣੇ ਚਾਹੀਦੇ ਆ। ਜਿਨ੍ਹਾਂ ਕੋਲ ਪੈਸੇ ਆ ਉਹਨਾਂ ਨੂੰ ਤਾਂ ਹਰ ਇੱਕ ਚੀਜ਼ ਅਫੋਰਡ ਕਰ ਸਕਦੇ ਆ, ਅਤੇ ਜਿਹੜਾ ਮੀਡੀਅਮ ਬੰਦਾ ਨਹੀਂ ਅਫੋਰਡ ਕਰ ਸਕਦਾ। ਇਹ ਇਸ ਕਰਕੇ ਜਿਹੜਾ ਬੰਦਾ ਅਮੀਰ ਹੈ ਕਦੀ ਗਰੀਬ ਵੀ ਹੋ ਸਕਦਾ, ਅਤੇ ਜਿਹੜਾ ਗਰੀਬ ਹੈ ਉਹ ਤਾਂ ਵਿਚਾਰਾ ਹੈ ਹੀ ਗਰੀਬ ਆ। ਅਮੀਰ ਵਾਲਾ ਬੰਦਾ ਗਰੀਬ ਹੋਊਗਾ ਤਾਂ ਫਿਰ ਉਹ ਵੀ ਕਿੱਥੇ ਅਫੋਰਡ ਕਰੇਗਾ? ਪਲੀਜ਼, ਜੇ ਮੋਦੀ ਜੀ ਦੀ ਗੱਲਬਾਤ ਆ ਤਾਂ ਪਲੀਜ਼ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਉਹ ਕਿੱਥੋਂ ਤੁਰੇ ਅਤੇ ਕਿੱਥੇ ਪਹੁੰਚੇ, ਕਿਹਨਾਂ ਨੇ ਪਹੁੰਚਾਇਆ, ਅਸੀਂ ਲੋਕਾਂ ਨੇ ਹੀ ਪਹੁੰਚਾਇਆ ਨਾ। ਪਲੀਜ਼ ਉਹਨਾਂ ਨੂੰ ਕਹੋ, ਤੁਹਾਡੇ ਮਾਧਿਅਮ ਤੋਂ ਹੀ ਕਹਿ ਸਕਦੇ ਅਸੀਂ ਕਿ ਤੁਸੀਂ ਇਹਨਾਂ ਨੂੰ ਉਹ ਕਰੋ, ਇਹਨਾਂ ਦੇ ਰੇਟ ਘਟਾਉਣੇ ਚਾਹੀਦੇ ਆ, ਪੈਟਰੋਲ ਦੇ ਤਾਂ ਖਾਸ ਕਰ ਅਤੇ ਡੀਜ਼ਲ ਦੇ ਦੋਨਾਂ ਦੇ ਪਲੀਜ਼, ਇਹ ਕਿਉਂਕਿ ਰੋਜ਼ਮਰਦਾ ਦੀ ਚੀਜ਼ ਹੈ ਇਹ ਕਿਹੜਾ ਕੋਈ ਹੈ ਕਿ ਬੰਦਾ ਇੱਕ ਦਿਨ ਪਾਉਂਦਾ 2 ਦਿਨ ਪਾਉਂਦਾ, ਹਰ ਰੋਜ਼ ਪਾਉਣਾ ਪੈਂਦਾ, ਆ 100 ਰੁਪਏ ਦਾ ਆਉਂਦਾ ਕੀ ਆ, ਕੁਛ ਵੀ ਨਹੀਂ ਆਉਂਦਾ। ਅਤੇ ਜੇਕਰ ਆਪ ਮੋਦੀ ਆਪ ਥੋੜ੍ਹੇ ਗਰੀਬ ਹੁੰਦੇ ਨਾ, ਉਹਨਾਂ ਨੂੰ ਆਪ ਨੂੰ ਪਾਉਣਾ ਪੈਂਦਾ ਕਮਾ ਕੇ, ਅਤੇ ਫਿਰ ਉਹ ਕੁਛ ਸੋਚਦੇ ਕਿ ਇਹ ਕਿੱਦਾਂ ਹੋਣਾ ਚਾਹੀਦਾ, ਫਿਰ ਉਹਦੀ ਜਗ੍ਹਾ 'ਤੇ ਸਾਨੂੰ ਸਾਡੀ ਜਗ੍ਹਾ 'ਤੇ ਉਹ ਖੜ੍ਹੇ ਹੁੰਦੇ, ਜੇ ਅਗਰ ਅਸੀਂ ਕਰਦੇ ਉਹਨਾਂ ਦੇ ਨਾਲ ਇੱਦਾਂ, ਅਤੇ ਫਿਰ ਉਹ ਸੋਚਦੇ ਕਿ ਸਾਨੂੰ ਇਹ ਕਰਨਾ ਚਾਹੀਦਾ। ਦੇਖੋ ਗਰੀਬ ਬੰਦਾ ਤਾਂ ਇਹੀ ਸੋਚਦਾ ਨਾ ਕਿ ਜਿਹੜੀਆਂ 4-5 ਚੀਜ਼ਾਂ ਹੈਗੀਆਂ ਉਹਨਾਂ ਨੂੰ ਤਾਂ ਘਟਾਉਣਾ ਚਾਹੀਦਾ ਨਾ। ਬਾਕੀ ਠੀਕ ਹੈ ਮੈਡਮ। ਅਤੇ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੀ ਸਰਕਾਰ ਇਹ ਵਧਾਈ ਜਾ ਰਹੀ ਹੈ, ਉਹ ਵੀ ਨਹੀਂ ਕਿ 2 ਦਿਨ ਬਾਅਦ, ਹਰ ਰੋਜ਼ ਵੱਧ ਰਿਹਾ ਰੇਟ? ਦੇਖੋ ਜੀ, ਉਹਨਾਂ ਦਾ ਫੰਡਾ ਕਿ ਉਹਨਾਂ ਦੇ ਪਤਾ ਨਹੀਂ ਖਰਚੇ ਨਹੀਂ ਪੂਰੇ ਹੁੰਦੇ, ਉਹਨਾਂ ਨੇ ਸਾਡੇ ਤੋਂ ਜੇਬਾਂ 'ਚ ਕੱਢਣੇ, ਸਾਡੀ ਕਿਹੜਾ ਜੇਬਾਂ 'ਚ ਕੋਈ ਪੈਸੇ ਹੈਗੇ ਆ? ਅਸੀਂ ਮੀਡੀਅਮ ਕਲਾਸ ਬੰਦਾ ਵਿਚਾਰਾ, ਇੱਕ ਰੋਟੀ ਬੱਚੇ ਨੂੰ ਪਾਲਣਾ, ਉਹਦੀਆਂ ਫੀਸਾਂ ਦੇਖੋ, ਫਿਰ ਤੁਸੀਂ ਆਪਣੇ ਕੀ ਕਹਿੰਦੇ ਆ ਫੀਸਾਂ ਦੇਖੋ, ਆਪਣੇ ਆਪਣਾ ਜਿਹੜਾ ਸਰੋਂ ਦਾ ਤੇਲ ਹੈ 180 ਰੁਪਈਏ ਲੀਟਰ ਹੋ ਗਿਆ ਮੈਡਮ, ਤੁਸੀਂ 180 ਰੁਪਏ ਕੋਈ ਬੰਦਾ ਅਫੋਰਡ ਕਰ ਸਕਦਾ? ਪਹਿਲਾਂ 90 ਰੁਪਏ ਸੀ, 90 ਰੁਪਏ ਨਹੀਂ ਕਰਦਾ ਸੀ, ਹੁਣ ਤੁਸੀਂ ਡਬਲ ਕਰਕੇ ਰੱਖ ਦਿੱਤਾ, ਬਹੁਤ ਮਾੜੀ ਗੱਲ ਆ। ਇਸ ਕਰਕੇ ਇਹ ਘਟਾਉਣਾ ਚਾਹੀਦਾ ਸਾਰੀ ਚੀਜ਼ਾਂ, ਹੈ ਨਾ ਮੈਡਮ? ਥੈਂਕ ਯੂ। ਹੁਣ ਅਸੀਂ ਮਤਲਬ ਮੈਂ ਮੇਰੀ ਲਾਈਫ ਜਿੰਨੀ ਹੈਗੀ ਆ, ਮੈਂ 6 ਰੁਪਏ ਤੋਂ ਪਾਉਣਾ ਸ਼ੁਰੂ ਕੀਤਾ ਪੈਟਰੋਲ। ਠੀਕ ਹੈ ਜੀ, ਹੁਣ ਕੀ ਬੋਲਾਂਗੇ, ਅੱਜ 100 ਤੋਂ ਉੱਪਰ ਕੁਛ ਨਹੀਂ ਕਰ ਸਕਦੇ। ਠੀਕ ਹੈ, ਸਰਕਾਰ ਕੋਈ ਵੀ ਆ ਜਾਏ, ਚਾਹੇ ਕਾਂਗਰਸ ਆ ਜਾਏ, ਚਾਹੇ ਬੀਜੇਪੀ ਆ ਜਾਏ, ਇਹ ਰਹਿਣੇ ਸਾਰੇ ਇੱਦਾਂ ਹੀ ਹਾਲ ਹੈ। ਠੀਕ ਹੈ ਨਾ, ਨਾ ਤਾਂ ਹੁਣ ਭਗਤ ਸਿੰਘ ਜਨਮ, ਨਾ ਠੀਕ ਹੈ ਨਾ, ਮਹਾਤਮਾ ਗਾਂਧੀ ਸਾਰੇ ਜਨਮ ਲਊਗੇ, ਪਰ ਭਗਤ ਸਿੰਘ ਨਹੀਂ ਜਨਮਣਾ ਹੁਣ, ਉਹ ਚੀਜ਼ ਹੈ। ਕਿਉਂਕਿ ਜਦ ਤੱਕ ਭਗਤ ਸਿੰਘ ਨਹੀਂ ਆਊਗਾ, ਕ੍ਰਾਂਤੀ ਨਹੀਂ ਆਊਗੀ, ਲੋਕ ਘਰੋਂ ਨਹੀਂ ਨਿਕਲੂਗੇ। ਮੈਂ ਵੀ ਇੱਦਾਂ ਗੱਲਾਂ ਕਰਕੇ ਕੰਮ 'ਤੇ ਚੱਲ ਜਾਊਂਗਾ, ਘਰ ਤੋਂ ਘਰ ਚੱਲ ਜਾਊਂਗਾ, ਛੁੱਟੀ। ਪਰੇਸ਼ਾਨ ਤਾਂ ਤੁਸੀਂ ਵੀ ਹੋ, ਤੁਸੀਂ ਵੀ ਉਹੀ ਇੰਨਾ ਕਿ ਪੈਟਰੋਲ ਪਾਉਂਦੇ ਹੋ ਲੀਟਰ ਦਾ, ਤੁਹਾਨੂੰ ਸਸਤਾ ਤਾਂ ਕੁਛ ਮਿਲਦਾ ਨਹੀਂ। ਇਹ ਚੀਜ਼ ਹੈ, ਕੁਛ ਨਹੀਂ ਕਰ ਸਕਦੇ ਆਪਾਂ ਸਿਵਾਏ
ਜ਼ਿੰਦਗੀ ਕੱਟਣ ਦੇ ਹੁਣ ਇਹ ਤਾਂ ਔਖਾ ਹੀ ਰਹਿਣਾ ਹੈ ਤੁਹਾਨੂੰ ਸਾਰੀ ਉਮਰ ਇਹ ਚੀਜ਼ ਹੈ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੀ ਸਰਕਾਰ ਵਧਾਈ ਜਾ ਰਹੀ ਕਿਉਂਕਿ ਹਰ ਰੋਜ਼ ਵੱਧ ਰਿਹਾ ਅੱਜ ਪਹੁੰਚੇ 104 ਪਿੰਡਾਂ ਆਪਾਂ ਵਿਰੋਧ ਨਹੀਂ ਕਰਦੇ ਨਾ ਆਪਾਂ ਵਿਰੋਧ ਕਿੱਥੇ ਕਰਦੇ ਆਪਣੇ ਆਪਾਂ ਮਾਂ ਬਾਪ ਦਾ ਵਿਰੋਧ ਕਰਦੇ ਹਾਂ ਕੇਵਲ ਆਪਣੇ ਭੈਣ ਭਰਾ ਦਾ ਵਿਰੋਧ ਕਰ ਲੈਂਦੇ ਹਾਂ ਕਿ ਨਹੀਂ ਤੂੰ ਇੱਦਾਂ ਕਿਉਂ ਮੈਨੂੰ ਕਹਿਤਾ ਸਰਕਾਰ ਦਾ ਵਿਰੋਧ ਨਹੀਂ ਕਰਦੇ ਕਿ ਉੱਥੇ ਡੰਡੇ ਪੈਣੇ ਆਪਾਂ ਨੂੰ ਜਾਂ ਪੁਲਿਸ ਨੇ ਚੱਕੇ ਆਪਾਂ ਨੂੰ ਅੰਦਰ ਦੇ ਦੇਣਾ ਹੈ ਲੋਕਡਾਊਨ 'ਚ ਚਲੋ ਤੁਸੀਂ ਤਾਂ ਮੀਡੀਆ ਦੋਸ਼ ਹੈ ਤੁਸੀਂ ਨਹੀਂ ਡੰਡੇ ਖਾਧੇ ਹੋਣੇ ਮੇਰਾ ਖੁਦ ਦਾ 5000 ਦਾ ਚਲਾਨ ਹੋਇਆ ਆ ਲੋਕਡਾਊਨ 'ਚ ਕੀ ਸੀਗਾ ਕਿ ਮੈਂ ਇੱਕ ਆਪਣੇ ਬੰਦੇ ਤੋਂ ਪੈਸੇ ਲੈਣ ਚੱਲਦਾ ਸੀਗਾ ਆਪਣੇ ਖਰਚੇ ਜੋਗੇ ਮੇਰਾ ਜੀ ਚਲਾਨ ਹੋ ਗਿਆ 5000 ਦਾ ਮੇਰਾ ਚਲਾਨ ਹੋਇਆ ਆ ਬੰਦੇ ਤੋਂ ਮੈਂ 7000 ਰੁਪਏ ਲੈਣੇ ਸੀਗੇ ਕੀ ਬੱਚਾ ਮੈਨੂੰ 2000 ਰੁਪਏ ਆ ਨਾ ਮੇਰਾ ਬਿਜਲੀ ਦਾ ਬਿੱਲ ਮਾਫ਼ ਹੋਇਆ ਇਹ ਮੁੰਡੇ ਨੇ ਆਪਣੇ ਬਜਾਜ ਦੀਆਂ ਪੈਨਲਟੀਆਂ ਭਰੀਆਂ ਆ ਇਹਨੂੰ ਗੁੱਸੇ 'ਚ ਆ ਕੇ ਆਪਣਾ ਕਾਰਡ ਬੰਦ ਕਰਾਤਾ ਕਹਿੰਦਾ ਮੈਂ ਬਜਾਜ ਚਲਾਉਣਾ ਹੀ ਨਹੀਂ ਅਤੇ ਮਰਨਾ ਆਮ ਬੰਦੇ ਦਾ ਹੀ ਹੈ ਜੀ ਜਿਹੜਾ ਮਿਡਲ ਕਲਾਸ ਬੰਦਾ ਆ ਅਮੀਰ ਦਾ ਕੁਝ ਵਿਗੜਨਾ ਨਹੀਂ ਠੀਕ ਹੈ ਨਾ ਤੁਸੀਂ ਵੀ ਮਿਡਲ ਕਲਾਸ 'ਚ ਆਉਂਦੇ ਮਿਡਲ ਕਲਾਸ ਕਿਆ ਹੁੰਦਾ ਮਿਡਲ ਕਲਾਸ ਤਾਂ ਹੈ ਹੀ ਨਹੀਂ ਐਕਚੁਅਲ ਤਾਂ ਆਪਾਂ ਕਹਿ ਦਿੰਦੇ ਹਾਂ ਮਿਡਲ ਕਲਾਸ ਤਾਂ ਹੁੰਦਾ ਹੀ ਨਹੀਂ ਸਤਿ ਸ਼੍ਰੀ ਅਕਾਲ ਸਰ ਸਰ ਜਿਵੇਂ ਕਿ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਅੱਜ ਪੈਟਰੋਲ ਜਿਵੇਂ 104 ਤੀਕਰ ਪਹੁੰਚ ਗਏ 104 ਤੋਂ ਵੱਧ ਅਤੇ ਇਸ ਬਾਰੇ ਕੀ ਕਹੋਗੇ ਇਸ ਬਾਰੇ ਇਹੀ ਕਹਾਂਗਾ ਜੀ ਮੈਡਮ ਸਭ ਤੋਂ ਪਹਿਲਾਂ ਤਾਂ ਰੇਟ ਘਟਣ ਦੂਜੇ ਨੰਬਰ 'ਤੇ ਇੰਨੀ ਮਹਿੰਗਾਈ ਦੀ ਇੰਨੀ ਮਾਰ ਹੋ ਗਈ ਆ ਕਿ ਪੁੱਛੋ ਨਾ ਆਮ ਬੰਦੇ ਦੀ ਜੇਬ ਖਾਲੀ ਹੁੰਦੀ ਜਾ ਰਹੀ ਹੈ ਦਿੱਕਤ ਇਹ ਸਭ ਤੋਂ ਵੱਡੀ ਗੱਲ ਹੈ ਸਰਕਾਰ ਨੂੰ ਇਹਦੇ ਉੱਪਰ ਕੋਈ ਐਕਸ਼ਨ ਲੈਣਾ ਚਾਹੀਦਾ ਰੇਟ ਘਟੇ ਨਹੀਂ ਤਾਂ ਲੋਕ ਤਾਂ ਬਹੁਤ ਤੰਗ ਹੀ ਆ ਹੁਣ ਆਮ ਅਸੀਂ ਪਾਉਂਦੇ ਸੀ 70-80 ਰੁਪਏ ਲੀਟਰ ਤੇਲ ਹੁਣ ਤਾਂ ਪਹੁੰਚ ਗਿਆ 105 ਰੁਪਏ ਬੜੀ ਮੁਸ਼ਕਲ ਹੋ ਗਈ ਅਤੇ ਤੁਸੀਂ ਜਿਵੇਂ ਅਗਰ ਤੁਸੀਂ 1 ਲੀਟਰ ਪਾਉਣੇ ਤਾਂ ਕਿੰਨਾ ਦੇਰ ਚੱਲਦਾ ਹੋਊਗਾ ਮਤਲਬ ਅਗਰ ਹੁਣ ਜਿਵੇਂ ਰੇਟ ਵੱਧ ਚੁੱਕਿਆ ਤਾਂ ਪੂਰਾ ਜਿਹੜਾ ਬਜਟ ਹੁੰਦਾ ਸਾਰਾ ਹਿੱਲ ਜਾਂਦਾ ਇਸ ਬਾਰੇ ਕੀ ਕਹੋਗੇ ਹਾਂ ਬਿਲਕੁਲ ਜੀ ਇਸ ਬਾਰੇ ਤਾਂ ਜਿੱਦਾਂ ਹੁਣ ਆਪਾਂ ਮੈਂ ਜੋਬ ਕਰਦਾ ਮੰਨ ਲਓ ਮੇਰੀ 12-13 ਹਜ਼ਾਰ ਸੈਲਰੀ ਹੈ ਅਤੇ ਮੈਂ ਮਹੀਨੇ ਦਾ 700 ਦਾ ਪੈਟਰੋਲ ਪਾਉਂਦਾ ਸੀ ਇਸ ਟਾਈਮ ਮੇਰਾ ਉਹ 1000-1200 ਦਾ ਲੱਗ ਰਿਹਾ ਵਾ ਲੇਕਿਨ ਇਹ ਹੈ ਕਿ 500 ਦਾ ਫਰਕ ਉਹ ਵੀ ਬਹੁਤ ਹੁੰਦਾ ਵਾ ਬਜਟ ਤਾਂ ਬਿਲਕੁਲ ਗੜਬੜਾ ਜਾਂਦਾ ਜੀ ਘਰ ਦਾ ਸਿਸਟਮ ਸਾਰਾ ਹੀ ਵਿਗੜ ਜਾਂਦਾ ਵਾ ਅਤੇ ਆਪਾਂ ਅੱਗੇ ਚੱਲਦੇ ਹਾਂ ਅਤੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਜਿਵੇਂ ਕਿ ਰੇਟ ਵੱਧਦੇ ਜਾ ਰਹੇ ਅਤੇ ਅੱਜ ਦੇਖ ਲਓ 105 ਤੀਕਰ ਪਹੁੰਚ ਜਾਣਾ ਇਹਨੇ ਅਤੇ ਇਸ ਬਾਰੇ ਕੀ ਕਹੋਗੇ ਕੀ ਕਹੀਏ ਮੈਮ ਸਰਕਾਰ ਤਾਂ ਕੁਛ ਕਰਦੀ ਨਹੀਂ ਪਈ ਬਟ ਲੋੜ ਹੈ ਲੋਕਾਂ ਦੀ ਤਾਂ ਅਸੀਂ ਤਾਂ ਭਰਵਾਉਣਾ ਹੀ ਹੈ ਜੀ ਤੇਲ ਬਟ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਮੈਮ ਹੋਰ ਕੀ ਕਿਹਾ ਜਾ ਸਕਦਾ ਅਤੇ ਜਿਵੇਂ ਪਹਿਲਾਂ ਕਿੰਨੇ ਪੇ 'ਚ ਤੁਹਾਡੀ ਟੈਂਕੀ ਫੁੱਲ ਹੋ ਜਾਂਦੀ ਸਕੂਟੀ ਦੀ ਅਤੇ ਹੁਣ ਕਿੰਨੇ 350 ਵਿੱਚ ਹੋ ਜਾਂਦੇ ਜੀ ਹੁਣ ਤਾਂ 550-550 ਤੁਹਾਡੇ ਸਾਹਮਣੇ ਹੀ ਆ 550 ਵਿੱਚ ਫੁੱਲ ਹੋ ਰਹੀ ਹੈ ਜੀ ਮਤਲਬ ਦੇਖੋ ਤੁਸੀਂ ਕਿ ਕਿੰਨੀ ਮਹਿੰਗਾਈ ਵੱਧਦੀ ਪਈ ਹੈ ਅਤੇ ਤੁਹਾਨੂੰ ਕਿਉਂ ਲੱਗਦਾ ਕਿ ਸਰਕਾਰ ਵਧਾ ਕਿਉਂ ਰਹੀ ਹੈ ਇੰਨੀ ਜ਼ਿਆਦਾ ਹੁਣ ਸਰਕਾਰ ਨੇ ਪ੍ਰਾਈਵੇਟ ਕੀਤਾ ਹੋਇਆ ਰੋਜ਼ ਹੀ ਵੱਧਦਾ ਪਿਆ ਰੇਟ ਇਹ ਤਾਂ ਸਰਕਾਰ ਨੂੰ ਆਪਣੇ ਹੱਥ 'ਚ ਰੱਖਣਾ ਚਾਹੀਦਾ ਸੀ ਨਾ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਦੇਖੋ 600 ਵਿੱਚ ਫੁੱਲ ਹੋਈ ਹੈ ਜੀ ਮੈਂ ਤੁਸੀਂ ਖੁਦ ਦੇਖ ਲਓ ਕਿੰਨੀ ਮਹਿੰਗਾਈ ਵੱਧ ਗਈ ਜਿਹੜੀ 350 ਵਿੱਚ ਹੀ ਪਹਿਲਾਂ ਫੁੱਲ ਹੁੰਦੀ ਹੁੰਦੀ ਅਤੇ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਜਿਵੇਂ ਘਰੇਲੂ ਸਿਲੰਡਰ ਉਹ ਵੀ ਉਹਨਾਂ ਨੇ 15 ਰੁਪਏ ਵਧਾ ਤੇ ਆ ਕਿ ਹਰ ਚੀਜ਼ ਦੇ ਵੱਧ ਰਹੇ ਪ੍ਰਾਈਵੇਟ ਕਰਤਾ ਨਾ ਮੈਮ ਇਸ ਕਰਕੇ ਸਰਕਾਰ ਨੇ ਆਪਣੇ ਹੱਥੋਂ ਤਾਂ ਸਾਰਾ ਕੁਛ ਪ੍ਰਾਈਵੇਟ ਫਰਮਾਂ ਨੂੰ ਦੇ ਤਾ ਉਹਨਾਂ ਦੀ ਕਮਾਈ ਵਧਾ ਤੀ ਆਮ ਲੋਕ ਜਿਹੜਾ ਆਮ ਬੰਦਾ ਹੈਗਾ ਉਹ ਮੈਂ ਪਿਸ ਰਹੇ ਜਿਹੜੇ ਸਰਕਾਰ ਨੂੰ ਇੰਨਾ ਪਤਾ ਨਹੀਂ ਕਿੰਨਾ ਘਾਟਾ ਹੋ ਰਿਹਾ ਜਿਹੜਾ ਕਿ ਉਹ ਹਰ ਰੋਜ਼ ਕੀਮਤਾਂ ਵਧਾ ਰਿਹਾ ਹਰ ਰੋਜ਼ ਮਹਿੰਗਾਈ ਕਰ ਰਿਹਾ ਅਤੇ ਲੋਕਾਂ ਦਾ ਇਹ ਕਹਿਣਾ ਕਿ ਜਿਹੜੇ ਮਿਡਲ ਕਲਾਸ ਉਹ ਕਿੱਥੇ ਜਾਣ ਉਹ ਕਿੰਨਾ ਔਖਾ ਹੋ ਰਿਹਾ ਕਿ ਮਤਲਬ ਅਗਰ 105 ਰੁਪਏ ਜਿਵੇਂ ਲੀਟਰ ਪੈਟਰੋਲ ਹੋ ਚੁੱਕਿਆ ਅਤੇ ਉਹ ਇੱਕ ਦਿਨ ਪਵਾਉਣ ਤਾਂ ਉਹ ਅੱਧਾ ਦਿਨ ਚੱਲਦਾ ਅਤੇ ਉਹ ਅਗਰ ਰੋਜ਼ ਦੇ ਉਹ 105 ਰੁਪਏ ਕੱਢਣ ਤਾਂ ਤੁਸੀਂ ਦੇਖ ਲਓ ਜਿਹੜੇ ਆਮ ਲੋਕ ਉਹ ਕਿੱਥੇ ਜਾਣ ਮਹਿੰਗਾਈ ਵੱਧਦੀ ਜਾ ਰਹੀ ਜਿਵੇਂ ਸਿਲੰਡਰ ਰੇਟ ਉਹ ਵੀ ਵੱਧ ਚੁੱਕਿਆ ਅਤੇ ਆਪਾਂ ਕੁਛ ਨਹੀਂ ਜਿਵੇਂ ਇੱਕ ਅੰਕਲ ਨੇ ਕਿਹਾ ਕਿ ਆਪਾਂ ਕੁਛ ਨਹੀਂ ਕਰ ਸਕਦੇ ਆਪਣੇ ਹੱਥ 'ਚ ਹੈ ਨਹੀਂ ਪਰ ਆਪਾਂ ਇਹ ਚਾਹੁੰਦੇ ਕਿ ਮੀਡੀਆ ਰਾਹੀਂ ਆਪਾਂ ਲੋਕ ਦੱਸ ਸਕਣ ਕਿ ਲੋਕਾਂ ਦਾ ਕਿੰਨਾ ਬੁਰਾ ਹਾਲ ਹੈ ਲੋਕਾਂ ਦਾ ਕੀ ਕਹਿਣਾ ਇੱਕ ਇਹ ਮਾਧਿਅਮ ਆ ਕਿ ਦੱਸ ਸਕੀਏ ਅਤੇ ਜਿਵੇਂ ਕਿ ਕਿਹਾ ਜਾਂਦਾ ਸੀ ਕਿ ਦੇਸ਼ ਦਾ ਵਿਕਾਸ ਹੋਣਾ ਵਿਕਾਸ ਸਿਰਫ ਕੀਮਤਾਂ 'ਤੇ ਹੋ ਰਿਹਾ ਮਹਿੰਗਾਈ 'ਤੇ ਹੋ ਰਿਹਾ ਅਤੇ ਸਰੋਂ ਦਾ ਤੇਲ ਵੱਧ ਚੁੱਕਿਆ ਸਿਲੰਡਰ ਰੇ ਵੱਧ ਚੁੱਕਿਆ ਪੈਟਰੋਲ ਡੀਜ਼ਲ ਦਾ ਰੋਜ਼ ਵੱਧ ਰਿਹਾ ਅਤੇ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਆਮ ਲੋਕ ਆ ਉਹ ਕਿੱਥੇ ਜਾਣ ਉਹਨਾਂ ਦਾ ਜਿਹੜਾ ਖਰਚ ਉਹ ਕਿਵੇਂ ਨਿਕਲੇ ਅਤੇ ਇਸਦੇ ਨਾਲ ਬੇਰੋਜ਼ਗਾਰੀ ਵੀ ਹੈਗੀ ਆ ਅਤੇ ਜਿਹੜੇ ਬੇਰੋਜ਼ਗਾਰ ਨੇ ਅਗਰ ਉਹਨਾਂ ਨੇ ਕੰਮ 'ਤੇ ਜਾਣਾ ਮਤਲਬ ਕੰਮ ਲੱਭਣ ਜਾਣਾ ਹੋਰ ਵੀ ਕਈ ਕੰਮ ਹੁੰਦੇ ਆ ਘਰੇਲੂ ਕੰਮ ਅਤੇ ਉਹ ਵੀ ਕਿਵੇਂ ਕਰਨ ਆਪਦਾ ਖਰਚਾ ਅਤੇ ਇਸ ਬਾਰੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਕੁਛ ਕਰਨ ਸੋਚਣ ਲੋਕਾਂ ਦਾ ਕਿ ਇੰਨੀ ਜਿਹੜੀ ਮਹਿੰਗਾਈ ਰੋਜ਼ ਵਧਾ ਰਹੇ ਹੋ ਇਹਦਾ ਕੁਛ ਦੇਖਣ ਅਤੇ ਹੋਰ ਵਧੇਰੇ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਮੈਂ ਹਰਸ਼ ਕੌਰ ਕੈਮਰਾਮੈਨ ਦੀਪਕ ਨਾਲ